ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੁਖਮਨੀ ਸਾਹਿਬ ਸਲੋਕ ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਦੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਨਿਰੰਕਾਰ ਭਾਵ ਆਕਾਰ ਰਹਿਤ ਅਕਾਲ ਪੁਰਖ ਤ੍ਰਿਗੁਣੀ ਮਾਇਆ ਦਾ ਰੂਪ ਭਾਵ ਜਗਤ ਰੂਪ ਵੀ ਆਪ ਹੈ ਤੇ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਵੀ ਆਪ ਹੀ ਹੈ ਅਫੁਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੀ ਹੈ ਹੇ ਨਾਨਕ ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਰਚਿਆ ਹੈ ਤੇ ਜਗਤ ਦੇ ਜੀਵਾਂ ਵਿੱਚ ਬੈਠ ਕੇ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ਅਸ਼ਟਪਦੀ ਜਬ ਅਕਾਰ ਇਕਸ਼ ਨਦਰਸ਼ਟੇਤਾ ਪਾਪ ਪੁੰਨ ਤਬ ਕਹਤੇ ਹੋਤਾ ਜਦੋਂ ਜਗਤ ਦੇ ਜੀਵਾਂ ਦੀ ਅਜੇ ਕੋਈ ਸ਼ਕਲ ਹੀ ਨਹੀਂ ਦਿਸਦੀ ਸੀ ਤਦੋਂ ਪਾਪ ਜਾਂ ਪੁੰਨ ਕਿਸ ਜੀਵ ਤੋਂ ਹੋ ਸਕਦਾ ਸੀ ਜਦ ਤਾਰੀ ਆਪਨ ਸੁਨ ਸਮਾਦ ਤਬ ਬਹਿਰ ਵਿਰੋਧ ਕਿਸ ਸੰਗ ਕਮਾਤ ਜਦੋਂ ਪ੍ਰਭੂ ਨੇ ਆਪ ਅਫੁਰ ਅਵਸਥਾ ਵਾਲੀ ਸਮਾਦੀ ਲਾਈ ਹੋਈ ਸੀ ਭਾਵ ਜਦੋਂ ਆਪਣੇ ਆਪ ਵਿੱਚ ਹੀ ਮਸਤ ਸੀ ਤਦੋਂ ਕਿਸ ਨੇ ਕਿਸੇ ਨਾਲ ਵੈਰ ਵਿਰੋਧ ਕਮਾਉਣਾ ਸੀ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰ ਖਸੋਗ ਕਹੋ ਕਿਸੇ ਵਿਆਪਤ ਜਦੋਂ ਇਸ ਜਗਤ ਦਾ ਕੋਈ ਰੰਗ ਰੂਪ ਹੀ ਨਹੀਂ ਸੀ ਇਸ ਦਾ ਤਦੋਂ ਦੱਸੋ ਖੁਸ਼ੀ ਜਾਂ ਚਿੰਤਾ ਕਿਸ ਨੂੰ ਹੋ ਸਕਦੇ ਸਨ ਜਦ ਆਪਨ ਆਪ ਆਪ ਪਰਮ ਬ੍ਰਹਮ ਤਦ ਮੋਹ ਕਹਾ ਕਿਸ ਹੋਵਤ ਪਰਮ ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ ਤਦੋਂ ਮੋਹ ਕਿੱਥੇ ਹੋ ਸਕਦਾ ਸੀ ਤੇ ਭਰਮ ਭੁਲੇਖੇ ਕਿਸ ਨੂੰ ਹੋ ਸਕਦੇ ਸਨ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਗਤ ਰੂਪ ਆਪਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ। हे नानक ਉਸ ਤੋਂ ਬਿਨਾ ਇਸ ਖੇਡ ਦਾ ਬਣਾਉਣ ਵਾਲਾ ਕੋਈ ਹੋਰ ਨਹੀਂ ਹੈ। ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਦੋਂ ਮਾਲਕ ਪ੍ਰਭੂ ਸਿਰਫ ਆਪ ਹੀ ਸੀ ਤਦੋਂ ਦਸੋ ਕਿਸ ਨੂੰ ਬੰਦਨਾ ਵਿੱਚ ਫਸਿਆ ਹੋਇਆ ਤੇ ਕਿਸ ਨੂੰ ਮੁਕਤ ਸਮਝੀਏ। ਜਬ ਇੱਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ અવਤਾਰ ਜਦੋਂ ਅਗੰਮ ਤੇ ਬੇਅੰਤ ਪ੍ਰਭੂ ਇੱਕ ਆਪ ਹੀ ਸੀ ਤਦੋਂ ਦੱਸੋ ਨਰਕਾਂ ਤੇ ਸੁਰਗਾਂ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵਸਕਤ ਕਹੋ ਕਿਤ ਠਾਏ ਜਦੋਂ ਸੁੱਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ ਭਾਵ ਜਦੋਂ ਉਸਨੇ ਮਾਇਆ ਰਚੀ ਹੀ ਨਹੀਂ ਸੀ ਤਦੋਂ ਦੱਸੋ ਕਿੱਥੇ ਸਨ ਜੀਵ ਤੇ ਕਿੱਥੇ ਸੀ ਮਾਇਆ ਜਬ ਆਪਹਿ ਆਪ ਆਪਣੀ ਜੋਤ ਤਰੇ ਅਬ ਕੌਣ ਨਿਡਰ ਕਮਨ ਕਤ ਡਰੇ ਜਦੋਂ ਪ੍ਰਭੂ ਆਪ ਹੀ ਆਪਣੀ ਜੋਤ ਜਗਾਈ ਬੈਠਾ ਸੀ ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ ਆਪਨ ਚਲਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ ਏ ਨਾਨਕ ਅਕਾਲ ਪੁਰਖ ਅਗੰਮ ਤੇ ਬੇਅੰਤ ਹੈ ਅਬినాਸੀ ਸੁਖ ਆਪਨ ਆਸਨ ਹੈ ਜਨਮ ਮਰਨ ਕਹੋ ਕਹਾ ਬినాਸਨ ਜਦੋਂ ਅਕਾਲ ਪੁਰਖ ਆਪਣੀ ਮੋਜ ਵਿੱਚ ਆਪਣੇ ਹੀ ਸਰੂਪ ਵਿੱਚ ਟਿਕਿਆ ਬੈਠਾ ਸੀ ਤਦੋਂ ਦੱਸੋ ਜੰਮਣਾ ਮਰਨਾ ਤੇ ਮੌਤ ਕਿੱਥੇ ਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ ਤਦੋਂ ਦੱਸੋ ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ ਜਦ ਅਭਿਗਤ ਅਗੋਚਰ ਪ੍ਰਭ ਇਕਾ ਤਬ ਚਿਤ੍ਰ ਗੁਪਤ ਕਿਸ ਪੁੱਛਤ ਲੇਖਾ ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕ ਆਪ ਹੀ ਸੀ ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਦਨ ਬਾਦੇ ਜਦੋਂ ਮਾਲਕ ਮਾਇਆ ਰਹਿਤ ਅਥਾਹ ਅਗੋਚਰ ਆਪ ਹੀ ਸੀ ਤਦੋਂ ਕੌਣ ਮਾਇਆ ਦੇ ਬੰਦਨਾ ਤੋਂ ਮੁਕਤ ਸਨ ਤੇ ਕੌਣ ਬੰਦਨਾ ਵਿੱਚ ਵੱਜੇ ਹੋਏ ਸਨ ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਉਹ ਅਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ ਹੇ ਨਾਨਕ ਆਪਣਾ ਆਕਾਰ ਉਸ ਨੇ ਆਪ ਹੀ ਪੈਦਾ ਕੀਤਾ ਹੈ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਤੋਤਾ ਜਿਸ ਅਵਸਥਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਉੱਥੇ ਉਹ ਮੈਲ ਰਹਿਤ ਸੀ ਤਾਂ ਦੱਸੋ ਉਸਨੇ ਕਿਹੜੀ ਮੈਲ ਧੋਣੀ ਸੀ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ ਜਿੱਥੇ ਮਾਇਆ ਰਹਿਤ ਅਕਾਰ ਰਹਿਤ ਤੇ ਵਾਸ਼ਨਾ ਰਹਿਤ ਪ੍ਰਭੂ ਹੀ ਸੀ ਉੱਥੇ ਮਾਨ ਹੰਕਾਰ ਕਿਸ ਨੂੰ ਹੋਣਾ ਸੀ ਜਹ ਸਰੂਪ ਕੇਵਲ ਜਗਦੀਸ਼ ਤਹ ਛਲcidr ਲਗਤ ਕਹੋ ਕਿਸ ਜਿੱਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ ਉੱਥੇ ਦੱਸੋ ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸੰ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੇ ਭੁਖ ਕਵਨ ਤ੍ਰਿਪਤਾਵੈ ਜਦੋਂ ਜੋਤ ਰੂਪ ਪ੍ਰਭੂ ਆਪਣੀ ਹੀ ਜੋਤ ਵਿੱਚ ਲੀਨ ਸੀ ਤਦੋਂ ਕਿਸ ਨੂੰ ਮਾਇਆ ਦੀ ਭੁਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ ਗਣ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ নাহি ਸੁਮਾਰ ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ ਹੇ ਨਾਨਕ ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ਜਦ ਆਪਣੀ ਸੋਭਾ ਆਪ ਸੰਗ ਬਣਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਪਾਈ ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ ਭਾਵ ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ ਤਦੋਂ ਕੋਣ ਮਾਂ ਪਿਓ ਮਿੱਤਰ ਪੁੱਤਰ ਜਾਂ ਭਰਾ ਸੀ ਜੈ ਸਰਬ ਕਲਾ ਆਪੈ ਪਰਬੀਨ ਤਹ ਬੇਦ ਕਤੇਬ ਕਹਾ ਕਉਚੀਨ ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿੱਚ ਸਿਆਣਾ ਸੀ ਤਦੋਂ ਕਿੱਥੇ ਕੋਈ ਵੇਦ Hindu ਧਰਮ ਪੁਸਤਕ ਤੇ ਕਤੇਬਾਂ ਮੁਸਲਮਾਨਾਂ ਦੇ ਧਰਮ ਪੁਸਤਕ ਵਿਚਾਰਦਾ ਸੀ ਜਦ ਆਪਨ ਆਪ ਆਪ ਉਰਤਾਰੇ ਤਉ ਸਗਨ ਅਪ ਸਗਨ ਕਹਾ ਵਿਚਾਰੇ ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿੱਚ ਟਿਕਾਈ ਬੈਠਾ ਸੀ ਤਦੋਂ ਚੰਗੇ ਮੰਦੇ ਸਗਨ ਕੌਣ ਸੋਚਦਾ ਸੀ ਜਹ ਆਪਨ ਊਚ ਆਪਨ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀਏ ਚੇਰਾ ਜਦੋਂ ਉਹ ਆਪ ਹੀ ਉੱਚਾ ਅਤੇ ਆਪ ਹੀ ਆਪ ਨੀਵਾ ਸੀ ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜੀਵ ਤੇਰੀ ਗਤ ਭਾਲ ਦੇ ਹੈਰਾਨ ਤੇ ਅਚਰਜ ਹੋ ਰਹੇ ਹਨ ਏ ਨਾਨਕ ਪ੍ਰਭੂ ਆਪਣੀ ਗਤ ਆਪ ਹੀ ਜਾਣਦਾ ਹੈ ਜਹ ਅਚਲ ਅਚੇਦ ਅਪੇਦ ਸਮਾਇਆ ਊਹਾ ਕਿਸੈ ਵਿਆਪਤ ਮਾਇਆ ਜਿਸ ਅਵਸਥਾ ਵਿੱਚ ਅਛਲ ਅਬਿਨਾਸੀ ਤੇ ਅਪੇਧ ਪ੍ਰਭੂ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ ਉੱਥੇ ਕਿਸ ਨੂੰ ਮਾਇਆ ਪੋ ਸਕਦੀ ਹੈ ਆਪਸ ਕੋ ਆਪੇ ਆਦੇਸ ਤੇਹ ਗੁਣ ਕਾ ਨਾਹੀ ਪਰਵੇਸ ਤਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ ਮਾਇਆ ਦੇ ਤਿੰਨ ਗੁਣਾ ਦਾ ਉਸ ਉੱਤੇ ਅਸਰ ਨਹੀਂ ਪੈਂਦਾ ਜਹ ਇੱਕ ਕਹੇ ਇੱਕ ਇੱਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੇ ਚਿੰਤਾ ਜਦੋਂ ਭਗਵਾਨ ਕੇਵਲ ਇੱਕ ਆਪ ਹੀ ਸੀ ਤਦੋਂ ਕੌਣ ਬੇਫਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਕੌਣ ਸੁਨਨੇ ਹਾਰਾ ਜਦੋਂ ਆਪਣੇ ਆਪ ਨੂੰ ਪਤਿਆਉਣ ਵਾਲਾ ਪ੍ਰਭੂ ਆਪ ਹੀ ਸੀ ਤਦੋਂ ਕੌਣ ਬੋਲਦਾ ਸੀ ਤੇ ਕੌਣ ਸੁਨਣ ਵਾਲਾ ਸੀ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪਹਿ ਪਹੁੰਚਾ ਪ੍ਰਭੂ ਬੜਾ ਬੇਅੰਤ ਹੈ ਸਭ ਤੋਂ ਉੱਚਾ ਹੈ हे ਨਾਨਕ ਆਪਣੇ ਆਪ ਤੱਕ ਆਪ ਹੀ ਅਪੜਨ ਵਾਲਾ ਹੈ ਜਹ ਆਪ ਰਚਿਓ ਪਰ ਪੰਜ ਅਕਾਰ ਤਹ ਗੁਣ ਮੈਂ ਕੀ ਨੋ ਵਿਸਥਾਰ ਜਦੋਂ ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ ਤੇ ਮਾਇਆ ਦੇ ਤਿੰਨ ਗੁਣਾ ਦਾ ਖਿਲਾਰਾ ਖਲੇਰ ਦਿੱਤਾ ਪਾਪ ਪੁੰਨ ਤਹਿ ਭਈ ਕਹਾਵਤ ਕਉ ਨਰਕ ਕਉ ਸਰਗੁ ਬਚਾਵਤ ਤਦੋਂ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਇਹ ਪੁੰਨ ਹੈ ਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ ਆ ਲਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ ਘਰਾਂ ਦੇ ਤੰਦੇ ਮਾਇਆ ਦੇ ਬੰਧਨ ਅਹੰਕਾਰ ਮੋਹ ਭੁਲੇਖੇ ਡਰ ਦੁਖ ਸੁਖ ਮਾਨ અપਮਾਨ ਅਨੇਕ ਪ੍ਰਕਾਰ ਕੀ ਉਹ ਵਿਖਿਆਨ ਦੁਖ ਸੁਖ ਆਦਰ ਨਿਰਾਦਰੀ ਇਹੋ ਜਹੀਆਂ ਕਈ ਕਿਸਮਾਂ ਦੀਆਂ ਗੱਲਾਂ ਚੱਲ ਪਈਆਂ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ ਪ੍ਰਭੂ ਆਪਣਾ ਤਮਾਸ਼ਾ ਕਰਕੇ ਆਪ ਵੇਖ ਰਿਹਾ ਹੈ ਏ ਨਾਨਕ ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇੱਕ ਆਪ ਹੀ ਆਪ ਹੋ ਜਾਂਦਾ ਹੈ ਜੈ ਅਭਿਗਤ ਭਗਤ ਤਹਿ ਆਪ ਜਹ ਪਸਰੇ ਪਾਸਾਰ ਸੰਤ ਪਰਤਾਪ ਜਿੱਥੇ ਅਦ੍ਰਿਸ਼ਟ ਪ੍ਰਭੂ ਹੈ ਉਥੇ ਉਸ ਦਾ ਭਗਤ ਹੈ ਜਿੱਥੇ ਭਗਤ ਹੈ ਉਥੇ ਉਹ ਪ੍ਰਭੂ ਆਪ ਹੈ ਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ דוਹੋ ਪਾਖ ਕਾ ਆਪਹਿ ਤਨੀ ਉਨਕੀ ਸੋਭਾ ਉਨਹੂ ਬਣੀ ਸੰਤਾਂ ਦਾ ਪਰਤਾਪ ਤੇ ਮਾਇਆ ਦਾ ਪ੍ਰਭਾਵ ਇਨਾਂ ਦੋਹਾ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ ਆਪ ਪਹਿਕੋ ਤਕ ਕਰੈ ਅਨੰਦ ਚੋਜ ਆਪ ਪਹਿਰਸ ਭੋਗਨ ਨਿਰਜੋਗ ਪ੍ਰਭੂ ਆਪ ਹੀ ਖੇਡਾਂ ਖੇੜ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ ਜਿਸ ਭਾਵੈ ਤਿਸ ਆਪਨ naie ਲਾਵੇ ਜਿਸ ਭਾਵੈ ਤਿਸ ਖੇਲ ਖਿਲਾਵੇ ਜੋ ਉਸ ਨੂੰ ਪਾਉਂਦਾ ਹੈ ਉਸ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ ਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ ਬੇਸੁਮਾਰ ਅਥਾਹ ਅਗਨਤ ਅਤੋਲੇ ਜਿਉ ਬਲਾਵੋ ਤਿਉ ਨਾਨਕ ਦਾਸ ਬੋਲੇ ਹੈ ਬੇਅੰਤ ਹੈ ਅਥਾਹ ਹੈ ਅਗਨਤ ਹੈ ਅਡੋਲ ਪ੍ਰਭੂ ਹੈ ਨਾਨਕ ਈਉ ਅਰਦਾਸ ਕਰ ਤੇ ਆਖ ਜਿਵੇਂ ਤੂੰ ਬੁਲਾਉਂਦਾ ਹੈ ਤੇਰੇ ਤੇਰੇ ਦਾਸ ਬੋਲਦੇ ਹਨ ਬੇਸਮਾਰ ਅਥਾਹ ਅਗਨਤ ਅਤੋਲੇ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ